ਹਾਂਜੀ, ਤੁਸੀਂ ਬੜੇ ਧਿਆਨ ਨਾਲ ਸੁਣਿਓ ਕਿ ਇਸ ਬਜ਼ੁਰਗ ਵੱਲੋਂ ਸਿੱਖੀ ਅਤੇ ਸਿੱਖ ਸਿਧਾਂਤਾਂ ਬਾਰੇ ਕਿਵੇਂ ਵਰਣਨ ਕੀਤਾ ਗਿਆ ਹੈ। ਤੁਸੀਂ ਇਹਨਾਂ ਦੀ ਸ਼ਕਲ ਅਤੇ ਚਿਹਰੇ ਮੋਰੀ 'ਤੇ ਨਾ ਜਾਇਓ। ਇਹਨਾਂ ਨੇ ਸਿੱਖੀ ਦਾ ਬੜੇ ਹੀ ਸੁਚੱਜੇ ਰੂਪ ਵਿੱਚ ਵਰਣਨ ਕੀਤਾ ਹੈ ਅਤੇ ਉਹਨਾਂ ਇਹ ਦੱਸਿਆ ਹੈ ਕਿ ਸਿੱਖਾਂ ਨੇ ਕਿੱਥੇ ਕਿੱਥੇ ਕਿਹਦੇ ਕਿਹਦੇ ਲਈ ਕੁਰਬਾਨੀਆਂ ਕੀਤੀਆਂ ਹੈ। ਤੁਸੀਂ ਵੀ ਅੱਗੇ ਇਸ ਵੀਡੀਓ 'ਚ ਸੁਣੋ ਬਾਬਾ ਜੀ ਕੀ ਕਹਿ ਰਹੇ ਹਨ। ਸਿੱਖੀ ਇੱਕ ਅਮਲ ਦੀ ਜ਼ਿੰਦਗੀ ਹੈ, ਇਹ ਬਦਲ ਜਾਵੇ ਕੋਈ ਭੇਖ ਨਹੀਂ, ਤਵਾਰੀਖ ਹੈ ਕੋਈ ਕਹਾਣੀ ਨਹੀਂ, ਸੱਚਾਈ ਹੈ ਕੋਈ ਲੇਖ ਨਹੀਂ, ਇਹ ਗਲ ਜਾਵੇ ਕੋਈ ਕਾਗਜ਼ ਨਹੀਂ, ਇਹ ਮਿਟ ਜਾਵੇ ਕੋਈ ਰੇਖ ਨਹੀਂ, ਇਹ ਮਿਲਦੀ ਹੈ ਸਿਰ ਲੱਥਾਂ ਨੂੰ, ਇਹਨੂੰ ਹਰ ਕੋਈ ਸਾਖਦਾ ਵੇਖ ਨਹੀਂ, ਜਿਨ੍ਹਾਂ ਨੇ ਕਦੇ ਵੀ ਤੱਕੀ ਨਹੀਂ ਉਹਨਾਂ ਦੇ ਭਾਣੇ ਲੱਡੂ ਨੇ, ਉਹ ਸਾਲ ਕੀ ਜਾਣਨ ਸਾਗਰ ਦੀ ਜੋ ਆਪ ਹੀ ਖੂਹ ਦੇ ਡੱਡੂ ਨੇ। ਸਿੱਖ ਮਜ਼ਹਬ ਕਿਸੇ ਲਈ ਗੈਰ ਨਹੀਂ, ਵੈਰੀ ਦਾ ਭਲਾ ਮਨਾ ਸਕਦਾ ਹੈ, ਇਹ ਰਾਮ ਹਮਦੀਸਾ ਦਾ ਸਿੱਖ ਚੌਂਦਦਾਰ ਕਰਾ ਸਕਦਾ ਹੈ, ਹਿੰਦੂ ਰਹਿ ਕੇ ਮੋਮਣ ਬਣ ਕੇ ਹਰ ਕੋਈ ਸਿੱਖ ਕਹਾ ਸਕਦਾ ਹੈ, ਭਲਾ ਦੱਸੋ ਕਹ ਦੁਨੀਆਂ 'ਚ ਕੋਈ ਐਸਾ ਮਜ਼ਹਬ ਖਾ ਸਕਦਾ ਹੈ। ਜੋ ਚਾਹੁੰਦੇ ਨੇ ਉਹ ਮਿਟ ਜਾਵੇ, ਉਹਨਾਂ ਨੂੰ ਮੇਰਾ ਕਹਿਣਾ ਹੈ ਇਹ ਪੰਥ ਹੈ ਬਾਜਾਂ ਵਾਲੇ ਦਾ, ਚੜ੍ਹਦੀ ਕਲਾ ਵਿੱਚ ਰਹਿਣਾ ਹੈ, ਇਹ ਧਰਮ ਔਰੰਗੇ ਜਾਣ ਤੋਂ ਕਦੇ ਕਿਸੇ ਤਰ੍ਹਾਂ ਵੀ ਮੁੱਕਿਆ ਨਹੀਂ, ਨਾ ਖੂਨ ਦੇ ਪਲਿਆ ਇਹ ਬੂਟਾ ਅਹਿਮਦ ਸ਼ਾਹ ਤੋਂ ਵੀ ਸੁੱਕਿਆ ਨਹੀਂ, ਕਾਫਲਾ ਇਹ ਸਿਰ ਲੱਥਾਂ ਦਾ ਅੰਗਰੇਜ਼ਾਂ ਤੋਂ ਵੀ ਰੁਕਿਆ ਨਹੀਂ, ਫਿਰ ਗੱਲ ਕੀ ਕਿਸੇ ਹਕੂਮਤ ਦੇ ਅੱਗੇ ਅੱਜ ਤੀਕਰ ਝੁਕਿਆ ਨਹੀਂ, ਜੋ ਹੁਣ ਵੀ ਪੈਰੀ ਲੜਕੇਗਾ ਅਸੀਂ ਕੱਢਾਂਗੇ ਉਹ ਕੰਡਾ ਵੀ, ਦਾਨੇ ਨੂੰ ਇਸ਼ਾਰਾ ਹੀ ਕਾਫੀ ਹੈ, ਮੂਰਖ ਨੂੰ ਘੱਟ ਡੰਡਾ ਵੀ। ਕਈ ਵੇਖ ਵੇਖ ਕੇ ਸਿੰਘਾਂ ਨੂੰ ਐਵੇਂ ਪੈ ਨੱਕ ਚੜ੍ਹਾਉਂਦੇ ਨੇ, ਕਈ ਦਾੜੀਆਂ ਮੁੱਛਾਂ ਵਾਲੇ ਹੀ ਨਿੱਤ ਨਾਵੇਂ ਮਜ਼ਾਕ ਉਡਾਉਂਦੇ ਨੇ, ਬੰਦੇ ਦੀ ਉਹ ਅਸਲੀ ਸੂਰਤ ਦਾ ਉਹ ਖੁਰਾ ਮਿਟਾਉਣਾ ਚਾਹੁੰਦੇ ਨੇ, ਪਰ ਦਾੜੀਆਂ ਮੁੱਛਾਂ ਵਾਲੇ ਹੀ ਦੁਨੀਆਂ 'ਤੇ ਮਰਦ ਸਜਾਉਂਦੇ ਨੇ। ਕੀ ਭੋਲੇ ਨੇ ਉਹ ਜਾਣਦੇ ਨਹੀਂ ਕਿ ਜਿੰਨੇ ਪਾਰਪਕਾਰੀ ਸਨ ਜਾਂ ਜਿੰਨੇ ਪੀਰ ਅਵਤਾਰ ਹੋਏ ਸਭੇ ਹੀ ਗੇਸਾਧਾਰੀ ਸਨ। ਕੀ ਸਾਡੇ ਨੌਵੇਂ ਗੁਰ ਨੇ ਦੱਸੋ ਹਿੰਦੂ ਧਰਮ ਬਚਾਇਆ ਨਹੀਂ, ਭਾਰਤ ਦੀ ਦਸਮੇਸ਼ ਨੇ ਦੱਸੋ ਕੀ ਕਸ਼ਟ ਉਠਾਇਆ ਨੇ, ਕੀ ਗਜਨੀ ਜਾਂਦੀਆਂ ਬੱਚੀਆਂ ਨੂੰ ਸਿੰਘਾਂ ਨੇ ਛਡਵਾਇਆ ਨੇ, ਕੀ ਵਾਰ ਕਿ ਹਿੰਦ ਆਜ਼ਾਦੀ ਲਈ ਇਹਨਾਂ ਨੇ ਹਿੱਸਾ ਪਾਇਆ ਨਹੀਂ, ਫਿਰ ਵੀ ਕਈਆਂ ਵੀਰਾਂ ਦਾ ਮੂੰਹ ਕੰਨਾਂ ਤੀਕਰ ਪਾਟਾ ਹੈ, ਦੋਸ਼ ਕਿਸੇ ਪਰ ਦੋਸ਼ ਕਿਸੇ ਨੂੰ ਦਈਏ ਕਿ ਆਪਣੇ ਪ੍ਰਚਾਰ ਦਾ ਘਾਟਾ ਹੈ।